ਪੰਜਾਬ ਪੰਜ ਆਬ ਦੀ ਧਰਤੀ ਠੀਕ ਹੈ ਨਾ ਆਪਾਂ ਮਤਲਬ ਜਿਹਦੇ 'ਚ ਅੱਜ ਵੀ ਤਿੰਨ ਦਰਿਆ ਸਾਡੇ 'ਚੋਂ ਲੰਘ ਰਹੇ ਨੇ ਹੈ ਨਾ ਜਿਹੜਾ ਹੁਣ ਪੰਜਾਬ ਹੈ ਸਾਡਾ ਪਰ ਉਸੇ ਪੰਜਾਬ ਦੀ ਧਰਤੀ ਅੱਜ ਪਾਣੀ ਦੇਖ ਲਓ 200-250 ਫੁੱਟ ਥੱਲੇ ਚਲਾ ਗਿਆ ਠੀਕ ਆ ਜਿਹਨੇ ਵੀ ਐਗਰੀਕਲਚਰ ਐਕਸਪਰਟਸ ਨੇ ਹੈ ਨਾ ਸਾਇੰਟਿਸਟ ਨੇ ਉਹਨਾਂ ਨੇ ਵਾਰਨਿੰਗ ਦਿੱਤੀ ਹੋਈ ਆ ਨਾਸਾ ਨੇ ਵੀ ਆਪਣੀ ਇੱਕ ਲਿਸਟ ਜਾਰੀ ਕੀਤੀ ਸੀ 2 ਸਾਲ ਪਹਿਲਾਂ ਜਿਹਦੇ 'ਚ ਉਹਨਾਂ ਨੇ ਪੰਜਾਬ ਨੂੰ ਰੈੱਡ ਜ਼ੋਨ 'ਚ ਰੱਖਿਆ ਸੀ ਕਿ ਪੰਜਾਬ ਦਾ ਜਿਹੜਾ ਗਰਾਊਂਡ ਵਾਟਰ ਆ ਉਹ ਖਤਮ ਹੋ ਜਾਣਾ ਬਹੁਤ ਛੇਤੀ ਇਹ ਬੜਾ ਚਿੰਤਾ ਦਾ ਵਿਸ਼ਾ ਅਤੇ ਇਹਦੇ ਲਈ ਨਾ ਸਾਨੂੰ ਇੱਕ ਦੂਰ ਅੰਦੇਸ਼ੀ ਵਾਲੀ ਲੀਡਰਸ਼ਿਪ ਚਾਹੀਦੀ ਹੈ ਠੀਕ ਹੈ ਨਾ ਜਿਹੜੀ ਆਪਾਂ ਪੈਡੀ ਗਰੋ ਕਰਦੇ ਹਾਂ ਉਹ ਬਹੁਤ ਪਾਣੀ ਲੈਂਦਾ ਠੀਕ ਹੈ ਨਾ ਆਪਾਂ ਪਹਿਲੀ ਬਹੁਤ ਕਹਿ ਲਓ ਕਿ ਮੋਟਰਾਂ ਲਾ ਲਈਆਂ ਆਪਾਂ ਇੰਨੇ ਕੁ ਪੰਪ ਲਾ ਚੁੱਕੇ ਹਾਂ ਜਿਹਦੇ ਕਰਕੇ ਆਪਾਂ ਆਪਣਾ ਗਰਾਊਂਡ ਵਾਟਰ ਵੀ ਖਤਮ ਕਰੀ ਜਾਂਦੇ ਹਾਂ ਅਤੇ ਇਹ ਥੋੜ੍ਹੀ ਜਿਹੀ ਡਾਇਵਰਸੀਫਿਕੇਸ਼ਨ ਦੀ ਲੋੜ ਹੈ ਪਰ ਉਹਦੇ ਬਦਲੇ ਜਿਹੜੇ ਕਿਸਾਨ ਆ ਉਹਨਾਂ ਦੀ ਆਮਦਨ ਵੀ ਦੁੱਗਣੀ ਹੋਵੇ ਤਾਂ ਹੀ ਫਾਇਦਾ ਪਰ ਉਹਦੇ ਲਈ ਇੱਕ ਐਕਸਪਰਟ ਚਾਹੀਦੇ ਆ ਨਾ ਉਹਦੇ ਲਈ ਸਾਨੂੰ ਉਹ ਲੀਡਰਸ਼ਿਪ ਚਾਹੀਦੀ ਜਿਹੜਾ ਪੰਜਾਬ ਦੇ ਹਿੱਤ ਲਈ ਸੋਚੇ ਇੱਥੇ ਤਾਂ ਸਿਰਫ ਇਹਨਾਂ ਨੂੰ ਆਪਣੇ ਹਿੱਤ ਪਿਆਰੇ ਨੇ ਆਪਣੇ ਕਾਰੋਬਾਰ ਪਿਆਰੇ ਨੇ ਇਹ ਇਹਨਾਂ ਦੇ ਕਾਰੋਬਾਰ ਬਣ ਜਾਂਦੇ ਜਦੋਂ ਰਾਜਨੀਤੀ 'ਚ ਆਉਂਦੇ ਨੇ ਆਮ ਲੋਕਾਂ ਦਾ ਕੀ ਬਣਦਾ ਆਮ ਲੋਕ ਤਾਂ ਫਿਰ ਵਿਚਾਰੇ ਉੱਦਾਂ ਹੀ ਮਯੂਸੀ ਦੇ ਵਿੱਚ ਡੁੱਬੇ ਰਹਿ ਜਾਂਦੇ ਨੇ ਅੱਜ ਦੇਖੋ ਕਿਸਾਨ ਵੀ ਚਾਹੁੰਦੇ ਕਿ ਸਾਨੂੰ ਡਾਇਵਰਸੀਫਿਕੇਸ਼ਨ ਦੇਵੋ ਸਾਨੂੰ ਦੂਜੀ ਫਸਲ ਦਾ ਆਪਸ਼ਨ ਦੇਵੋ ਪਰ ਉਹਦੀ ਸਾਨੂੰ ਆਮਦਨ ਦੀ ਅਸ਼ੋਰਿਟੀ ਤਾਂ ਦੇਵੋ ਅਸ਼ੋਰਿਟੀ ਸਾਡੀ ਸਰਕਾਰ ਦਿੰਦੀ ਨਹੀਂ ਜਿਹਦੇ ਕਰਕੇ ਉਹਨਾਂ ਦੀ ਮਜਬੂਰੀ ਇਹ ਕੋਈ ਮਤਲਬ ਖੁਸ਼ੀ ਖੁਸ਼ੀ ਨਹੀਂ ਗਰੋ ਕਰ ਰਹੇ ਪੈਡੀ ਜਿਹੜਾ ਝੋਨਾ ਗਰੋ ਕਰ ਰਹੇ ਉਹ ਖੁਸ਼ੀ ਖੁਸ਼ੀ ਨਹੀਂ ਕਰ ਰਹੇ ਉਹ ਮਜਬੂਰੀ ਆ ਕਿਉਂਕਿ ਉਹਦੀ ਅਸ਼ੋਰਡ ਇਨਕਮ ਹੈ ਇੱਦਾਂ ਹੀ ਜੇ ਆਪਾਂ ਬਾਕੀ ਫਲ ਸਬਜ਼ੀਆਂ ਦੀ ਅਸ਼ੋਰਡ ਇਨਕਮ ਦੇਵਾਂਗੇ ਤਾਂ ਡੈਫੀਨੇਟਲੀ ਅਸੀਂ ਪੰਜਾਬ ਦੀ ਧਰਤੀ ਨੂੰ ਜਿਹੜਾ ਬੰਜਰ ਹੋਣ ਤੋਂ ਬਚਾ ਸਕਦੇ ਹਾਂ।